ਅੱਜ ਪਿੰਡ ਰੋਡੇ ਵਿੱਚ ਸੈਮੀਨਾਰ ਕਰਾਇਆ ਗਿਆ ਜਿੱਥੇ ਇਕੋ ਸਿੱਖ ਦੀ ਟੀਮ ਪਹੁੰਚੀ ਅਤੇ ਬਾਈ ਅਮਰਦੀਪ ਸਿੰਘ ਸਮਾਰ ਭਾਈ ਤੋਂ ਆਏ ਜਿਹਨੇ ਸਾਨੂੰ ਬਹੁਤ ਚਾਨਣਾ ਪਾਇਆ ਪਲਾਂਟੇਸ਼ਨ ਬਾਰੇ ਵੀ ਕਿੱਦਾਂ ਆਪਾਂ ਕਿਹੜੇ ਕਿਹੜੇ ਰੁੱਖ ਲਾ ਸਕਦੇ ਹਾਂ, ਕਦੋਂ ਲਾ ਸਕਦੇ ਹਾਂ, ਕਦੋਂ ਸਹੀ ਟਾਈਮ ਆ, ਅਤੇ ਉਹਦੀ ਆਪਾਂ ਪ੍ਰੋਟੈਕਸ਼ਨ ਕਿਵੇਂ ਕਰ ਸਕਦੇ ਜਿਵੇਂ ਗਾਰਡ ਲਾਉਣੇ ਜਾਂ ਪਾਣੀ ਦੇ ਸੰਬੰਧ 'ਚ ਜਾਂ ਕੇਅਰ ਕਿਵੇਂ ਕਰ ਸਕਦੇ ਆਪਾਂ। ਮੇਨ ਗੱਲ ਇਹ ਵੀ ਪੌਦੇ ਲਈਏ ਕਿੱਥੋਂ ਅਤੇ ਕਿਵੇਂ ਲਈਏ। ਸਾਰੇ ਵੀਰਾਂ ਨੂੰ ਬੇਨਤੀ ਵੀ ਤੁਸੀਂ ਆਪਦੇ ਪਿੰਡ ਪਿੰਡ ਦੇ ਵਿੱਚ ਜਿਹੜਾ ਸਰਪੰਚ ਦੀ ਲੈਟਰ ਪੈਡ ਲੈ ਕੇ ਮਨਰੇਗਾ ਸਕੀਮ ਥਰੂ ਜਾਂ ਹੋਰ ਸਕੀਮਾਂ ਹੈਗੀਆਂ ਜਿਹੜੀਆਂ ਤੁਹਾਨੂੰ BDPO ਦਫ਼ਤਰ ਤੋਂ ਮਿਲ ਜਾਣਗੀਆਂ, ਅਤੇ ਤੁਸੀਂ ਜਿੰਨਾ ਪੌਦਾ ਮਰਜ਼ੀ ਲੈ ਸਕਦੇ ਹੋ, 100 ਲੈ ਲਓ, 500 ਲੈ ਲਓ, 1000 ਲੈ ਲਓ। ਬਾਕੀ ਈਕੋ ਸਿੱਖ ਦਾ ਜਿਹੜਾ ਪੇਜ ਹੈਗਾ ਉਹਦੇ ਤੁਹਾਨੂੰ ਅਪਡੇਟ ਕੀਤਾ ਜਾਂਦਾ ਸਮੇਂ ਸਮੇਂ ਸਿਰ। ਅਸੀਂ ਇਸ ਰਿਜ਼ਲਟ 'ਤੇ ਪਹੁੰਚੇ ਵੀ ਅੱਜ ਵੀ ਜਿੰਨੇ ਵੀ ਬੰਦੇ ਟੀਮ ਦੇ ਹੈਗੇ ਆ ਲੋਕਾਂ ਵਿੱਚ ਪੌਦਿਆਂ ਦੀ ਇੰਪੋਰਟੈਂਸ ਜਾ ਕੇ ਦੱਸਣ, ਅਸੀਂ ਕਿੰਨੇ ਕੁ ਪੌਦੇ ਲਾ ਸਕਦੇ ਹਾਂ, ਕਿੰਨੇ ਕੁ ਜਣੇ ਟੀਮ ਵਾਲੇ ਹੈਗੇ ਹਾਂ, ਇਹ ਜ਼ਿਆਦਾ ਮੈਟਰ ਨਹੀਂ ਕਰਦਾ ਹੈਗਾ। ਜੇ ਲੋਕ ਅਵੇਅਰ ਹੋ ਗਏ ਉਹ ਆਪਦੀ ਆਪ ਬੂਟੇ ਲਾਉਣ, ਆਪਦੀ ਆਪ ਉਹਦੀ ਦੇਖ ਰੇਖ ਕਰਨ। ਸਭ ਤੋਂ ਜ਼ਿਆਦਾ ਵਧੀਆ ਗੱਲ ਤਾਂ ਜਿਹੜੀ ਵੀਰ ਜੀ ਉਹਨਾਂ ਨੇ ਦੱਸੀ ਇੱਕੋ ਸਿੱਖ ਵਾਲੇ ਨੇ, ਇਹ ਹੈ ਬਈ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਵੀ ਪੌਦੇ ਆਪਣੇ ਕਿੱਥੇ ਕਿੱਥੇ ਕੰਮ ਆਉਂਦੇ ਹੈਗੇ, ਕਿੱਦਾਂ ਉਹ ਆਪਣੀ 9 ਡਿਗਰੀ ਤੱਕ ਜਿਹੜਾ ਟੈਂਪਰੇਚਰ ਨੂੰ ਘਟਾ ਦਿੰਦੇ ਹੈਗੇ। ਹੁਣ ਆਪਣਾ 45 ਤੋਂ ਪਾਰ ਹੋਇਆ ਵਾ ਹਾਈਐਸਟ ਟੈਂਪਰੇਚਰ, ਅਸੀਂ ਆਉਂਦੇ 1-2 ਸਾਲਾਂ ਤੱਕ ਟੈਂਪਰੇਚਰ ਜਿਹੜਾ 35 'ਤੇ ਲੈ ਕੇ ਆਉਣਾ, ਮੈਕਸੀਮਮ 35, ਉਦੋਂ ਘਟੇ ਜੇ ਰਹਿ ਜਾ। ਉਮੀਦ ਹੈ ਪਿੰਡ ਪਿੰਡ ਜਿਹੜਾ ਪੰਜਾਬ ਦੇ ਵਿੱਚ ਪਿੰਡਾਂ ਵਾਲੇ ਵੀਰ ਬੈਠੇ ਆ ਇਹ ਵੀਡੀਓ ਦੇਖ ਰਹੇ ਨੇ, ਆਪਣੇ ਪਿੰਡਾਂ ਦੇ ਵਿੱਚ ਸੰਪਰਕ ਬਣਾਓ, ਪੰਚਾਇਤਾਂ ਨਾਲ ਗੱਲ ਕਰੋ, ਪੰਚਾਇਤਾਂ ਦੀਆਂ ਚਿੱਠੀਆਂ ਲਿਖਾਓ ਕਿ ਅਸੀਂ ਪਿੰਡ 'ਚ ਆਪਣੀਆਂ ਪਹਿਲਾਂ ਵਿਉਂਤਾਂ ਬਣਾ ਕੇ ਲੈ ਕੇ ਜਾਓ ਸਰਪੰਚ ਜੀ ਕੋਲ ਕਿ ਅਸੀਂ ਇੰਨੇ ਰੁੱਖ ਲਾਉਣੇ ਆ, ਸਾਨੂੰ ਲੈਟਰ ਹੈੱਡ 'ਤੇ ਲਿਖ ਕੇ ਦਿਓ, ਅਸੀਂ ਮਨਰੇਗਾ ਵਾਲਿਆਂ ਕੋਲ ਲੈਣੇ ਆ, DFO ਕੋਲੋਂ ਲੈਣੇ ਆ, ਜ਼ਰੂਰ ਕੰਮ ਕਰੀਏ ਤਾਂ ਕਿ ਆਉਂਦੇ ਮੌਨਸੂਨ ਦੇ ਵਿੱਚ ਜਿਹੜੀ ਹੈ ਗੁਰੂ ਮਹਾਰਾਜ ਦੇ ਨਾਂ ਦੇ ਉੱਤੇ ਅਸੀਂ ਇਹ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਪੰਜਾਬ ਨੂੰ ਹਰਿਆ ਭਰਿਆ ਫਿਰ ਕਰੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।